ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। 1947 ਵਿੱਚ ਇਹ ਪੁਰਾਣੀਆਂ ਰੱਖਾਂ ਨੇ, ਹੈ ਨਾ, ਜਿਹੜੀਆਂ ਆਜ਼ਾਦੀ ਤੋਂ ਪਹਿਲਾਂ ਦੀਆਂ ਹੈਗੀਆਂ। ਜੇ ਇਹ ਜਿਹੜੀ ਪਿਛਲੀ ਰੱਖ ਹੈ ਦੌਲਤਪੁਰ ਵਾਲੀ, ਇਹਨੂੰ ਬੋਲਦੇ ਉਸ ਵੇਲੇ ਸੋਨਦੁਆਰੀ ਵਾਲੀ ਰੱਖ, ਅਤੇ ਹੁਣ ਵੀ ਉਸੀ ਨਾਂ ਨਾਲ ਬੋਲਿਆ ਜਾਂਦਾ ਗਾ। ਅਤੇ ਜਿੱਥੇ ਮੈਂ ਹੁਣ ਖੜਾ ਇਹ ਚਰੜਵੜੀ, ਜਿਹੜਾ ਕਿ ਏਰੀਆ ਪਾਉਂਦਾ ਚਲੇਟ ਵਿੱਚ, ਅਤੇ ਇਸ ਸਾਈਡ ਜਿਹੜੀ ਇਹ ਸੋਨਦੁਆਰੀ ਵਾਲਾ ਰਸਤਾ ਗਿਆ ਗਾ, ਪਿੱਛੇ ਵਿਊ ਗਾ, ਇੱਧਰ ਲੱਗਦਾ ਆਪਣਾ ਬਾੜੀ ਖੱਡ ਢੋਲਵਾ, ਤਾਂ ਚਰੜਵੜੀ ਵਾਲੀ ਸਾਈਡ ਚਲੀ ਜਾਂਦਾ ਪੂਰਾ ਏਰੀਆ, ਮਾਵਾ ਲੰਬੀ ਚਲੇਟ ਆਈ ਆਪਣਾ, ਅਤੇ ਦੌਲਤਪੁਰ ਨਾਲ ਬੋਰਡਰ ਸ਼ੇਅਰ ਕਰਦਾ ਇਹ ਚਰੜਵੜੀ। ਅਤੇ ਤੁਸੀਂ ਵਿਊ ਦੇਖ ਸਕਦੇ ਹੋ, ਪੂਰਾ ਜੰਗਲੀ ਏਰੀਆ ਗਾ ਆਪਣਾ। ਅਤੇ ਇਹੀ ਪੁਰਾਣੀਆਂ ਜਾਦਾ ਸੀਗੀਆਂ ਜਿਹੜੀ ਆਪਣੇ ਪਾਕਿਸਤਾਨ 'ਚ ਭਰਾ ਬੈਠੇ ਚਲਾਰ ਗੁਜਰਾ, ਅਤੇ ਨਾਲ ਹੀ ਆਪਣੇ ਸਰੋਧਾ ਵਿੱਚ ਜਿਹੜਾ ਫੈਸਲਾਬਾਦ ਵਿੱਚ ਏਰੀਆ ਪਾਉਂਦਾ ਗਾ, ਅਤੇ ਚੱਕ ਛਿਆਲੀ ਪਿੰਡ ਹੈਗਾ। ਦੋਸਤੋ, ਅੱਜ ਆਪਾਂ ਗੱਲ ਕਰਨ ਲੱਗੇ ਹਾਂ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀ। ਜੀ ਹਾਂ ਦੋਸਤੋ, ਇੱਕ ਸਾਡੇ ਭਰਾ ਬੈਠੇ ਨੇ ਰਿਜਵਾਨ, ਮੁਹੰਮਦ ਰਿਜਵਾਨ, ਜਿਹੜੇ ਲਹਿੰਦੇ ਪੰਜਾਬ 'ਚ ਫੈਸਲਾਬਾਦ 'ਚ ਚੱਕ ਛਿਆਲੀ ਪਿੰਡ ਹੈਗਾ, ਤਾਂ ਸਰੋਧਾ ਮੇਨ ਆ ਜਾਂਦਾ, ਹੈ ਨਾ, ਮੇਨ ਸਿਟੀ ਆ ਜਾਂਦੀ ਉਹਨਾਂ ਦੀ। ਦੋਸਤੋ, ਉਹਨਾਂ ਦੇ ਬਾਬਾ ਜੀ ਦਾ ਨਾਂ ਸੀ ਮੁਹੰਮਦ ਬਹਾਦਰ ਅਲੀ ਗੁੱਜਰ, ਅਤੇ ਉਹਨਾਂ ਨੇ ਕੀ ਕੰਮ ਕੀਤਾ ਸੀ, ਇਹ ਖੂਹ ਬਣਿਆ ਸੀ ਜਿੱਥੇ ਅੱਜ ਦਿਨ ਤੱਕ ਪਾਣੀ ਆਉਂਦਾ ਹੈਗਾ, ਅਤੇ ਦੇਖ ਸਕਦੇ ਹੋ ਤੁਸੀਂ ਕਿ ਹੁਣ ਵੀ ਪਾਣੀ ਇਹ ਪੀਣ ਲਾਇਕ ਹੈਗਾ ਨਹੀਂ ਹੈ, ਅਤੇ ਅੱਜ ਵੀ ਆਪਾਂ ਉੱਦਾਂ ਦੇ ਉੱਦਾਂ ਪੀਂਦੇ ਹਾਂ। ਅਤੇ ਉਸ ਵੇਲੇ 1947 ਦਾ ਟਾਈਮ ਹੁੰਦਾ ਸੀ, ਹੈ ਨਾ, ਅਤੇ ਅਚਾਨਕ ਉਹਨਾਂ ਨੂੰ ਆਪਣਾ ਏਰੀਆ ਛੱਡ ਕੇ ਜਾਣਾ ਪਿਆ ਪਾਕਿਸਤਾਨ 'ਚ, ਜਿਹੜਾ ਹੁਣ ਪਿੰਡ ਹੈਗਾ ਉਹਨਾਂ ਦਾ ਚੱਕ ਛਿਆਲੀ, ਸਰੋਧਾ ਵੱਡੀ ਸਿਟੀ ਆ ਜਾਂਦੀ ਫੈਸਲਾਬਾਦ, ਅਤੇ ਡਿਸਟ੍ਰਿਕਟ ਆਪਣਾ ਪੰਜਾਬ ਦਾ ਚੜ੍ਹਦਾ ਵਾਲੀ ਸਾਈਡ ਹੁੰਦਾ ਸੀ ਹੁਸ਼ਿਆਰਪੁਰ, ਅਤੇ ਹੁਣ ਇਹ ਹਿੱਸਾ ਪਾਉਂਦਾ ਹੈਗਾ ਹਿਮਾਚਲ 'ਚ। 1 ਸਤੰਬਰ 1972 ਈਸਵੀ ਨੂੰ ਇਹ ਵਾਲਾ ਹਿੱਸਾ ਚੱਲ ਗਿਆ ਹਿਮਾਚਲ ਪ੍ਰਦੇਸ਼ ਡਿਸਟ੍ਰਿਕਟ, ਉਹਨਾਂ ਵਿੱਚ ਲੰਬੀ ਪਿੰਡ ਪਾਉਂਦਾ ਹੁਣ। ਸਾਡੇ ਪਿੰਡ ਦੀ ਸੰਤੀ ਵਰਗਾ ਮੇਲਾ ਸੂਟੀਏ ਨਾਈ ਤਾਂ ਪਾਇਆ, ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਵਾਸ ਕਿਉਂ। ਤੇ ਉਹਨਾਂ ਦੇ ਪਿੰਡ ਆਪਾਂ ਆਏ ਪਏ ਰਿਜਵਾਨ ਮੁਹੰਮਦ ਸਾਹਿਬ ਦੇ ਪਿੰਡ, ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਖੂਹ ਹੈ ਜੀ, ਜਿਹੜੇ ਉਹਨਾਂ ਦੇ ਦਾਦੇ ਨੇ ਬਣਾਇਆ ਸੀ, ਦਾਦੇ ਜੀ ਨੇ। ਦਾਦਾ ਜੀ ਦਾ ਨਾਂ ਕੀ ਸੀ? ਮੁਹੰਮਦ ਬਹਾਦਰ ਅਲੀ। ਉਹਨਾਂ ਨੇ ਇਹ ਖੂਹ ਬਣਿਆ ਸੀ, ਪੂਰੇ ਪਿੰਡ ਵਾਲਿਆਂ ਨੂੰ ਪਾਣੀ ਪਿਲਾਉਂਦੇ ਸੀ, ਹੈ ਨਾ, ਕਿਉਂਕਿ ਇਸ ਵੇਲੇ ਪਾਣੀ ਦਾ ਕੋਈ ਸੋਰਸ ਨਹੀਂ ਹੁੰਦਾ ਸੀ। ਅਤੇ ਇਹ ਮੇਰੇ ਖਿਆਲ ਨਾਲ ਇਸ ਸਾਈਡ ਉਹਨਾਂ ਦੇ ਘਰ ਹੋਣੇ ਆ, ਕੈਮਰਾਮੈਨ ਥੋੜ੍ਹਾ ਦਿਖਾਓ ਉਧਰਲੀ ਸਾਈਡ ਵੀ, ਇੱਧਰ ਘਰ ਹੋਣੇ ਆ, ਤਾਂ ਇੱਧਰ ਪਿੱਪਲ ਆ ਗਈ ਬੋਰਡ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਇੱਥੇ ਬਹਿੰਦੇ ਹੋਣੇ, ਹੈ ਨਾ, ਆਪਣਾ ਜੋ ਵੀ ਪਸ਼ੂ ਪਾਲਣ ਦਾ ਉਸ ਟਾਈਮ ਕੰਮ ਕਰਦੇ ਹੋਣੇ। ਅਤੇ ਏਰੀਆ ਦੇਖਿਆ ਜਾਵੇ ਤਾਂ ਬਹੁਤ ਸੋਹਣਾ ਏਰੀਆ ਪਿੰਡ ਲੰਬੀ ਦਾ, ਹੈ ਨਾ, ਵਿਊਜ਼ ਵਾਈਜ਼ ਵੀ ਚੈੱਕ ਕੀਤਾ ਜਾਵੇ ਤਾਂ ਇੱਕ ਸਾਈਡ ਪੂਰਾ ਪਹਾੜ ਆ ਗਿਆ, ਤਾਂ ਇੱਕ ਸਾਈਡ ਪੂਰਾ ਮੈਦਾਨੀ ਇਲਾਕਾ ਆ ਗਿਆ, ਅਤੇ ਪੂਰਾ ਮੈਦਾਨੀ ਇਲਾਕਾ ਸੀ, ਹੈ ਨਾ, ਹਰਾ ਭਰਾ ਏਰੀਆ। ਤਾਂ ਇਹ ਖੂਹ ਤਾਂ ਬਣਿਆ ਸੀ ਕਿਉਂਕਿ ਉਸ ਵੇਲੇ ਪਾਣੀ ਦੀ ਬੜੀ ਦਿੱਕਤ ਹੁੰਦੀ ਸੀ ਆਪਣੇ ਏਰੀਏ 'ਚ, ਤਾਂ ਕਰਕੇ ਉਹਨਾਂ ਨੇ ਬਾਬਾ ਜੀ ਨੇ ਖੂਹ ਬਣਿਆ ਸੀ। ਅਤੇ ਉਸ ਵੇਲੇ ਪੂਰਾ ਖੁਸ਼ੀ ਦਾ ਮਾਹੌਲ ਹੁੰਦਾ ਸੀ, ਇੱਦਾਂ ਦਾ ਹੁੰਦਾ ਹੀ ਨਹੀਂ ਹੈ ਕਿ ਆਪਾਂ ਇੱਕ ਦੂਜੇ ਨਾਲ ਮੇਲ ਮਿਲਾਪ ਨਾ ਹੋਈਏ, ਹੈ ਨਾ, ਆਪਣੇ ਚਾਹੇ ਹਿੰਦੂ ਭਰਾ ਹੋ, ਚਾਹੇ ਮੁਸਲਿਮ ਭਰਾ ਹੋ, ਚਾਹੇ ਆਪਣੇ ਸਿੱਖ ਭਰਾ ਹੋ, ਸਾਰੇ ਆਪਸੀ ਮਿਲ ਕੇ ਰਹਿੰਦੇ ਸੀ। ਇਹ ਤਾਂ ਸਾਡੀ ਇੱਕ ਬਾਉਂਡਰੀ ਬਣਾ ਦਿੱਤੀ ਹੈ, ਜਿਹੜੇ ਜਿਸ ਵਜ੍ਹਾ ਨਾਲ ਆਪਾਂ ਹੁਣ ਇੱਕ ਦੂਜੇ ਨਾਲ ਤਾਲਮੇਲ ਨਹੀਂ ਕਰ ਸਕਦੇ। ਅਤੇ ਬਹੁਤ ਵਧੀਆ ਲੱਗਾ ਜਦੋਂ ਰਿਜਵਾਨ ਭਾਈ ਮੈਨੂੰ ਮਿਲੇ, ਹੈ ਨਾ, ਉਹਨਾਂ ਨੇ ਇੰਸਟਾ 'ਤੇ ਮੈਸੇਜ ਕੀਤਾ, ਅਤੇ 3 ਸਾਲ ਲਗਾਤਾਰ ਉਹ ਖੋਜਦੇ ਰਹੇ, ਹੈ ਨਾ, ਆਪਣੇ ਏਰੀਏ ਨੂੰ ਕਿ ਕੋਈ ਹੋਊਗਾ ਕਿ ਬਲੌਗ ਬਣਾਊਗਾ, ਹੈ ਨਾ, ਮੇਰੇ ਪਿੰਡ ਦਾ, ਲੰਬੀ ਪਿੰਡ ਦਾ। ਅਤੇ ਤੁਸੀਂ ਇੱਧਰਲੀ ਸਾਈਡ ਦਾ ਵਿਊ ਦੇਖ ਸਕਦੇ ਹੋ, ਇੱਧਰਲੀ ਸਾਈਡ ਭਾਈ ਪੂਰੇ ਦਾ ਪੂਰਾ ਪਹਾੜ ਹੈ, ਹੈ ਨਾ। ਉੱਦਾਂ ਆਪਣੇ ਕਹਿੰਦੇ ਇਸੀ ਪਹਾੜੀਆਂ ਨੂੰ ਕੀ ਕਹਿੰਦੇ? ਸ਼ਿਵਾਲਿਕ ਦੀਆਂ ਪਹਾੜੀਆਂ ਕਹਿੰਦੇ ਆ।
ਤੇ ਇਹ ਪਲੇਨ ਇਲਾਕਾ ਹੈ ਨਾ, ਇੱਧਰ ਖੱਡ ਜਾਂਦੀ ਜਿਹਨੂੰ ਸਵਾਂ ਕਹਿੰਦੇ ਆਪਾਂ ਪੰਜਾਬੀ ਚ, ਸਵਾਂ ਵਾਲੀ ਖੱਡਾ ਹਨਾ। ਤਾਂ ਇਧਰਲੀ ਸਾਈਡ ਉਹਨਾਂ ਦੇ ਘਰ ਹੋਣੇ, ਆਹ ਘਰ ਮਾੜੇ ਇਹ ਦਿਖਾਓ ਹੈ ਨਾ। ਤਾਂ ਇੱਧਰਲਾ ਸਾਈਡ ਦਾ ਵਿਊ ਦੇਖੋ ਕਿੰਨਾ ਖੁਸ਼ਹਾਲ ਵਿਊ ਸੀ ਹੈ ਨਾ 1947 ਤੋਂ ਪਹਿਲਾਂ, ਕਿੰਨਾ ਵਧੀਆ ਏਰੀਆ ਹੁੰਦਾ ਸੀ ਆਪਣਾ। ਵਾਰੀ ਹੋਂਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ, ਵਾਰਿਸ ਦੇ ਜੰਡਿਆਲੇ ਬੈਠੇ ਮਸਤ ਔਲੀਆ। ਦੋਸਤੋ ਤੁਸੀਂ ਮੇਰੇ ਪਿੱਛੇ ਬੋੜ ਦਾ ਰੁੱਖ ਦੇਖ ਸਕਦੇ ਆ, ਇਹ ਉਹੀ ਪੁਰਾਣਾ ਰੁੱਖ ਹੈ ਜਿਹੜੇ 1947 ਤੋਂ ਪਹਿਲਾਂ ਦਾ ਸੀ ਹੈ ਨਾ, ਜਿੱਥੇ ਬਾਬਾ ਮੁਹੰਮਦ ਬਹਾਦਰ ਅਲੀ ਜੀ ਬਹਿੰਦੇ ਹੁੰਦੇ ਸੀ, ਤੇ ਆਪਣੇ 11 ਦੋਸਤਾਂ ਨਾਲ ਬਹਿ ਕੇ ਇੱਥੇ ਮਹਿਫਲ ਲੱਗਦੀ ਸੀ ਹੈ ਨਾ, ਤੇ ਇੱਥੇ ਬਹਿ ਕੇ ਉਹਨਾਂ ਨੇ ਰੋਟੀ ਖਾਣੀ ਹੈ ਨਾ, ਤੇ ਇੱਥੇ ਮੰਜੇ ਲੱਗ ਜਾਣੇ, ਉਹੀ ਆਪਣੀਆਂ ਪੁਰਾਣੀਆਂ ਗੱਲਾਂ ਬਾਤਾਂ ਕਰਦੇ ਰਹਿਣਾ, ਤੇ ਇੱਥੇ ਪਸ਼ੂ ਪਾਲਣੇ ਹੈ ਨਾ, ਮੱਝਾਂ ਵਗੈਰਾ ਹੈ ਨਾ ਰੱਖੀਆਂ ਹੁੰਦੀਆਂ ਸੀ ਉਸ ਟਾਈਮ। ਤੇ ਇੱਥੇ ਦਾ ਵਿਊ ਦੀ ਗੱਲ ਕੀਤੀ ਜਾਵੇ ਤਾਂ ਇੱਕ ਨੰਬਰ ਵਿਊ ਹੈ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ। ਉੱਧਰਲੀ ਸਾਈਡ ਵੀ ਕੈਮਰਾਮੈਨ ਜੀ ਥੋੜ੍ਹਾ ਜਿਹਾ ਕੈਮਰਾ ਘੁਮਾ ਦਿਓ, ਤੇ ਨਾਲ ਹੀ ਰੁੱਖ ਦਿਖਾ ਦਿਓ ਪੂਰੇ ਦਾ ਪੂਰਾ। ਤੇ ਅੱਜ ਵੀ ਇਹ ਰੁੱਖ ਉੱਦਾਂ ਦਾ ਉੱਦਾਂ ਹੀ ਖੜਾ ਗਾ ਹੈ ਨਾ, ਤੁਸੀਂ ਦੇਖ ਸਕਦੇ ਹੋ, ਇਹ ਉਹੀ ਪੁਰਾਣੀ ਯਾਦਾਂ ਨੂੰ ਦਰਸਾਉਂਦਾ ਗਾ। ਤੇ ਇਸੇ ਵਾਸਤੇ ਅੱਜ ਆਪਾਂ ਆਏ ਪਏ ਹਾਂ ਪਿੰਡ ਲੰਬੀ 'ਚ। ਤੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦਿਓ ਹੈ ਨਾ। ਔਰ ਜਿੰਨੇ ਵੀ ਮੇਰੇ ਭਰਾ ਪਾਕਿਸਤਾਨ 'ਚ ਬੈਠੇ ਪਏ, ਫੈਸਲਾਬਾਦ, ਸਰੋਧਾ, ਚੱਕ ਛਿਆਲੀ ਤੋਂ ਵੀਡੀਓ ਦੇਖ ਰਹੇ ਹੋ, ਅਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਕਿਆ ਕਰਨਾ, ਸ਼ੇਅਰ ਕਰ ਦਿਓ ਭਰਾਓ, ਤੁਹਾਡੇ ਵਾਸਤੇ ਆਇਆ ਪਿਆ ਇੰਨੀ ਦੂਰ। ਦੋਸਤੋ ਹੁਣ ਮੈਂ ਖੜਾ ਗਾ ਛੋਟੀ ਛੱਪੜੀ ਜਿਹੜੀ ਪਾਉਂਦੀ ਹੈ ਸੋਨਦੁਆਰੀ ਵਿੱਚ, ਅਤੇ ਦੌਲਤਪੁਰ ਵਿੱਚ ਇਹ ਏਰੀਆ ਪਾਉਂਦਾ ਗਾ ਜਿਹਨੂੰ ਆਪਾਂ ਛੋਟਾ ਤਲਾਬ ਵੀ ਕਹਿ ਸਕਦੇ ਹਾਂ। ਅਤੇ ਉਸ ਜ਼ਮਾਨੇ ਵਿੱਚ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ, ਲੱਕੜੂ ਲੈ ਕੇ ਆਉਣਾ ਤਾਂ ਹੈ ਨਾ, ਡੰਗਰ ਪਸ਼ੂ ਲੈ ਕੇ ਆਉਣਾ ਤਾਂ ਇੱਥੇ ਉਹਨਾਂ ਨੇ ਰੈਸਟ ਕਰਨੀ ਅਤੇ ਡੰਗਰ ਪਸ਼ੂ ਨੂੰ ਪਾਣੀ ਪਿਲਾਉਣਾ ਹੈ ਨਾ, ਅਤੇ ਇੱਥੇ ਰੋਟੀ ਪਾਣੀ ਖਾਣਾ, ਇਹੋ ਏਰੀਆ ਗਾ। ਅਤੇ ਤੁਸੀਂ ਵਿਊ ਦੇਖ ਸਕਦੇ ਹੋ ਪੂਰੇ ਦਾ ਪੂਰਾ। ਦੋਸਤੋ ਹੁਣ ਮੈਂ ਪੁੱਜਾ ਚਲੇੜ ਪਿੰਡ, ਅਤੇ ਇੱਥੇ ਉਹੀ ਪੁਰਾਣਾ ਖੂਹ ਹੈਗਾ, ਤਲਾਬ ਜਿਹੜਾ ਤੁਸੀਂ ਦੇਖ ਸਕਦੇ ਹੋ ਹੁਣ ਵੀਡੀਓ ਵਿੱਚ, ਇਹ ਚਲੇੜ ਦਾ ਉਹੀ ਪੁਰਾਣਾ ਖੂਹ ਹੈ, ਤਲਾਬ ਹੈ। ਅਤੇ ਇੱਥੋਂ ਤਾਂ ਰਸਤੇ ਹੀ ਜਾਂਦੇ ਨੇ ਉੱਪਰ ਵਾਲੀ ਸਾਈਡ ਸੋਨਦੁਆਰੀ, ਉੱਪਰਲੀ ਚਲੇੜ, ਅਤੇ ਨਾਲ ਹੀ ਢੋਲਬਾ ਵਾਲੀ ਸਾਈਡ, ਤਾਂ ਇੱਧਰਲੀ ਸਾਈਡ ਚਲਾ ਜਾਂਦਾ ਰੋਡ ਦੌਲਤਪੁਰ ਵਾਲੀ ਸਾਈਡ। ਅਤੇ ਜਿੰਨੇ ਵੀ ਆਪਣੇ ਭਰਾ ਹੁੰਦੇ ਸੀ ਹੈ ਨਾ, ਜਿਹੜੇ ਹੁਣ ਪਾਕਿਸਤਾਨ ਸਰੋਧਾ ਵਿੱਚ ਆ ਗਏ, ਅਤੇ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਦਿਖਾ ਰਿਹਾ ਮੈਂ। ਦੋਸਤੋ ਕੁਹਾ ਦੇਵੀ ਦੇ ਨਾਲ ਹੀ ਇੱਥੇ ਬਵੇੜ ਦੀ ਬਾਉਂਡਰੀ ਸ਼ੁਰੂ ਹੋ ਜਾਂਦੀ ਹੈ, ਅਤੇ ਉਹ ਸਾਹਮਣੇ ਜਿਹੜੇ ਘਰ ਹੈ ਉਹ ਬਵੇੜ 'ਚ ਪਾਉਂਦੇ ਹੈਗੇ, ਅਤੇ ਤੁਸੀਂ ਦੇਖ ਸਕਦੇ ਹੋ। ਅਤੇ ਜ਼ੂਮ ਕਰ ਰਿਹਾ ਮੈਂ ਇਸ ਵੇਲੇ, ਇਹ ਬਵੇੜ ਦਾ ਏਰੀਆ ਆ ਗਿਆ ਪੂਰੇ ਦਾ ਪੂਰਾ। ਦੋਸਤੋ ਹੁਣ ਆਪਾਂ ਰੁਕੇ ਹਾਂ ਦੌਲਤਪੁਰ ਦੇ ਪੁਰਾਣੇ ਪਿੰਡ, ਇਹ ਉਹੀ ਪਿੰਡ ਹੈ ਜਿੱਥੇ ਮਾਂ ਕੁਹਾ ਦੇਵੀ ਦਾ ਮੰਦਿਰ ਹੈਗਾ, ਅਤੇ ਨਾਲ ਹੀ ਇੱਥੇ ਛੱਪੜ ਤਲਾਬ ਹੈ, ਬੜਾ ਸਾਰਾ ਵੱਡਾ ਤਲਾਬ ਹੈ, ਅਤੇ ਨਾਲ ਹੀ ਇੱਧਰਲੀ ਸਾਈਡ ਪਿੰਡ ਹੈ ਬਵੇੜ ਦਾ। ਅਤੇ ਇੱਥੇ ਹੁਣ ਮੱਛੀਆਂ ਪਾਲੀਆਂ ਜਾਂਦੀਆਂ, ਅਤੇ 1947 ਤੋਂ ਪਹਿਲਾਂ ਤੁਹਾਡੇ ਪੁਰਾਣੇ ਬਜ਼ੁਰਗ ਇੱਥੇ ਹੀ ਆਉਂਦੇ ਸੀ, ਅਤੇ ਇੱਥੇ ਹੀ ਮੱਝਾਂ ਨੂੰ ਪਾਣੀ ਵਗੈਰਾ ਪਿਆਉਂਦੇ ਸੀ ਹੈ ਨਾ, ਅਤੇ ਨਾਲ ਹੀ ਉੱਪਰ ਵਾਲੀ ਸਾਈਡ ਤੁਹਾਡੇ ਪੁਰਾਣੇ ਘਰ ਹੈ, ਅਤੇ ਵਿਊ ਦੇਖ ਸਕਦੇ ਹੋ ਤੁਸੀਂ। ਆਪਾਂ ਪੁੱਜੇ ਹਾਂ ਮੇਨ ਬਾਜ਼ਾਰ ਦੌਲਤਪੁਰ 'ਚ, ਅਤੇ ਇਸ ਤਲਾਬ ਨੂੰ ਡੋਲੀ ਵਾਲੇ ਮਹੱਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਉਹੀ ਪੁਰਾਣਾ ਤਲਾਬ ਹੈ, 1947 ਦਾ ਪਹਿਲਾਂ ਦਾ ਹਿਸਟੋਰੀਕਲ ਤਲਾਬ ਹੈ, ਤੁਸੀਂ ਵਿਊ ਦੇਖ ਸਕਦੇ ਹੋ। ਹੁਣ ਇਹ ਵੀ ਉਹੀ ਪੁਰਾਣੀਆਂ ਯਾਦਾਂ ਨੂੰ ਇਹ ਦਰਸਾਉਂਦਾ ਗਾ, ਅੱਜ ਦਿਨ ਤੱਕ ਇਹ ਉੱਦਾਂ ਦਾ ਉੱਦਾਂ ਹੀ ਹੈ। ਅਤੇ ਵਿਊ ਵਾਈਜ਼ ਦੇਖਿਆ ਜਾਵੇ ਤਾਂ ਇੱਧਰ ਥੱਲਾ ਹੋਈ ਸੀੜਾਂ ਬੋਲਦੇ ਸੀ ਉਹਨਾਂ ਨੂੰ, ਪੁਰਾਣੇ ਜੋ ਹੁੰਦੇ ਆ ਨਾ ਤੁਹਾਡੇ ਖੇਤ, ਉਹਨਾਂ ਨੂੰ ਸੀੜਾ ਕਹਿੰਦੇ, ਘੋਡਾ ਕਹਿੰਦੇ, ਅਤੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਵੀਡੀਓ 'ਚ। ਆਪਣੇ ਘਰ
ਦੋਸਤੋ ਇਹ ਖੇਤ ਨੇ ਦੌਲਤਪੁਰ ਦੇ ਅਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਹਰੇ ਭਰੇ ਖੇਤ ਨੇ, ਹੈ ਨਾ, ਅਤੇ ਵਿਊਜ਼ ਵਾਈਜ਼ ਵੀ ਬਹੁਤ ਹੀ ਵਧੀਆ ਲੋਕੇਸ਼ਨ ਹੈ, ਅਤੇ ਇਹ ਮੈਦਾਨੀ ਇਲਾਕਾ ਗਾ, ਜਿਹੜਾ ਉੱਪਰਲਾ ਦਿਖਾਇਆ ਉਹ ਪਹਾੜੀ ਇਲਾਕਾ ਗਾ। ਪਿੰਡੇ ਲਾਸ ਕਿਉਂ ਹੈ ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਧਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ। ਬਾਬਾ ਜੀ ਬਹਾਦਰ ਅਲੀ ਗੁੱਜਰ ਦੇ ਪੁੱਤਰ ਦਾ ਨਾਮ ਰਹਿਮਤ ਅਲੀ ਗੁੱਜਰ, ਜਿਹੜੇ ਕਿ ਪਾਕਿਸਤਾਨ ਵਿੱਚ ਰਹਿੰਦੇ ਨੇ, ਅਤੇ ਉਹਨਾਂ ਦੇ ਪੋਤੇ ਨਾਲ ਜਦੋਂ ਮੈਂ ਗੱਲਬਾਤ ਕੀਤੀ ਮੁਹੰਮਦ ਰਿਜ਼ਵਾਨ ਭਰਾ ਨਾਲ, ਅਤੇ ਬਹੁਤ ਵਧੀਆ ਗੱਲਬਾਤ ਕਰਕੇ ਲੱਗਾ, ਅਤੇ ਇੱਕ ਪਿਆਰ ਭਰਿਆ ਸੰਦੇਸ਼ ਦਿੱਤਾ ਹੈ ਜਿਹੜਾ ਕਿ ਮੈਂ ਵੀਡੀਓ ਰਾਹੀਂ ਦਿੱਤਾ, ਅਤੇ ਉਹਨਾਂ ਨਾਲ ਗੱਲਬਾਤ ਕਰਨ ਦੌਰਾਨ ਵੀ ਮੈਨੂੰ ਉਹੀ ਮਹਿਸੂਸ ਹੋਇਆ, ਅਤੇ ਹਿੰਦੁਸਤਾਨ ਔਰ ਪਾਕਿਸਤਾਨ ਦੇ ਲਈ ਇਹ ਵੀਡੀਓ ਸਾਰਿਆਂ ਨਾਲ ਇੰਪੋਰਟੈਂਟ ਹੈ ਨਾ, ਅਤੇ ਇੱਕ ਪਿਆਰ ਭਰਿਆ ਸੰਦੇਸ਼ ਵਾਲੀ ਵੀਡੀਓ ਹੈ, ਅਤੇ ਉਮੀਦ ਕਰਦਾ ਇਹ ਤੁਹਾਨੂੰ ਵੀਡੀਓ ਬਹੁਤ ਹੀ ਜ਼ਿਆਦਾ ਪਸੰਦ ਆਵੇ, ਅਤੇ ਇੱਦਾਂ ਹੀ ਹੋਰ ਵੀਡੀਓ ਆਉਂਦੀਆਂ ਰਹਿਣਗੀਆਂ ਆਪਣੇ ਕੰਢੀ ਏਰੀਆ ਹੁਸ਼ਿਆਰਪੁਰ, ਅਤੇ ਆਪਣਾ ਜਿਹੜਾ ਦੌਲਤਪੁਰ ਜ਼ੋਨ ਦਾ ਏਰੀਆ ਜਿਹੜਾ ਕਿ ਉਸ ਟਾਈਮ ਹੁਸ਼ਿਆਰਪੁਰ ਦਾ ਪਾਰਟ ਹੁੰਦਾ ਸੀ, ਹੁਣ ਹਿਮਾਚਲ ਦਾ ਪਾਰਟ ਹੈ, ਅਤੇ ਇੱਥੋਂ ਦੇ ਕਾਫੀ ਬੰਦੇ ਆਪਣੇ ਗਏ ਪਏ ਨੇ, ਅਤੇ ਕਾਫੀ ਭਰਾ ਸਾਡੇ ਵਾਸਤੇ ਇੱਕ ਅੱਧੀ ਵੀਡੀਓ ਬਣਾਓ, ਹੈ ਨਾ, ਅਤੇ ਸਪੈਸ਼ਲ ਉਹਨਾਂ ਭਰਾਵਾਂ ਵਾਸਤੇ ਇਹ ਵੀਡੀਓ ਆਈ ਹੈ ਆਪਣੀ ਦੌਲਤਪੁਰ ਤੋਂ, ਦੌਲਤਪੁਰ ਤੋਂ ਸਪੈਸ਼ਲ ਵੀਡੀਓ ਹੈ, ਅਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੇ, ਇਸੇ ਤਰ੍ਹਾਂ ਆਪਣੇ ਭਰਾ ਨੂੰ ਵੀ ਪਿਆਰ ਦਿੰਦੇ ਰਹੋ, ਹੈ ਨਾ, ਅਤੇ ਇੱਕ ਪਿਆਰ ਮੁਹੱਬਤ ਦਾ ਮੈਸੇਜ ਦੇਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਵੇ, ਹੈ ਨਾ, ਅਤੇ ਮੈਂ ਆਪਣੇ ਹਰੇਕ ਭਰਾਵਾਂ ਨੂੰ ਕਹਿਣਾ ਚਾਹੁੰਦਾ, ਜਿੰਨੇ ਵੀ ਆਪਣੇ ਲੋਕਲ ਵਲੋਗਰ ਆ ਦੌਲਤਪੁਰ ਦੇ ਹੋਣ ਚਾਹੇ ਆਪਣੇ ਤਲਵਾੜਾ ਦੇ ਹੋਣ, ਅਤੇ ਇਸ ਟੋਪਿਕ ਦੇ ਉੱਪਰ ਵੀ ਵੀਡੀਓ ਬਣਾਈਆਂ ਜਾਣ, ਹੈ ਨਾ, ਕਿਉਂਕਿ ਇੰਨਾ ਪਿਆਰ ਮੁਹੱਬਤ ਹੁੰਦੀ ਸੀ, ਹੈ ਨਾ, ਆਪਣੇ 'ਚ ਇੰਨਾ ਤਾਂ ਕੋਈ ਹੈ ਹੀ ਨਹੀਂ ਸੀ ਕਿ ਆਪਣਾ ਇੰਨਾ ਤਾਂ ਰੋਲਾ ਹੀ ਨਹੀਂ ਸੀ, ਇੱਕ ਹੁੰਦਾ ਸੀ ਕਿ ਦਿਲੋ ਯਾਰ, ਹੈ ਨਾ, ਜੇ ਉਹ ਸਾਨੂੰ ਦਿਲੋ ਕਰ ਰਹੇ ਆ ਤਾਂ ਸਾਨੂੰ ਵੀ ਉਹਨਾਂ ਦਾ ਦਿਲੋ ਕਰਨਾ ਚਾਹੀਦਾ, ਅਤੇ ਮਿਲਦੇ ਹਾਂ ਅਗਲੇ ਵੀਡੀਓ 'ਚ। ਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ, ਹਾਏ ਪੌਣੀ ਸਦੀ ਗੁਆਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ, ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ, ਮੈਂ ਸੰਤਾਲੀ ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ, ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਧਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ, ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ, ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ, ਦਿੱਲੀ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਉਹੀ, ਮਿਕਨਾ ਤੀਸੀ ਖਿੱਚਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਹੈ, ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਂਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ,
ਵਾਰਿਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ ਰਾਂਝਣ ਯਾਰ ਫਕੀਰਾਂ ਨੂੰ ਏ ਪਰ ਮਿਲਣੇ ਦੀ ਆਸ ਕਿਉਂ ਹੈ ਸਾਡੇ ਪਿੰਡ ਦੀ ਸੰਤੀ ਵਰਗਾ ਮੇਲਾ ਸੂਟੀਏ ਨਾਇਤਾਂ ਪਾਇਆ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ ਮੈਂ ਸੰਤਾਲੀ ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ ਤਾਂ ਗੱਲ ਵੱਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਬਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ ਦਿੱਲੀ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਉਹੀ ਮਿਕਨਾਤੀ ਸੀ ਖਿੱਚ ਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਹੈ ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ ਹਰ ਵਾਰੀ ਹੋਂਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ